ਅੰਮ੍ਰਿਤਸਰ ਦੇ ਅਭਿਸ਼ੇਕ ਵਰਮਾ ਦੀ ਚੋਣ ਅਗਲੇ ਸਾਲ ਹੋਣ ਵਾਲੇ IPL ਵਿੱਚ ਹੋਣ ਕਾਰਨ ਉਸ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ। 7 ਸਾਲ ਦੀ ਉਮਰ ਤੋਂ ਕ੍ਰਿਕਟ ਦਾ ਬੱਲਾ ਆਪਣੇ ਹੱਥ ਵਿੱਚ ਫੜਨ ਵਾਲਾ ਅਭਿਸ਼ੇਕ ਪਿਛਲੇ ਸਾਲ ਨਿਊਜ਼ੀਲੈਂਡ ਵਿੱਚ ਖੇਡੇ ਗਏ ਲੜਕਿਆਂ ਦੇ ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਰਹਿ ਚੁੱਕਿਆ ਹੈ। ਅਭਿਸ਼ੇਕ ਇਸ ਵਾਰ IPL ਵਿੱਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡੇਗਾ, ਜਦੋਂ ਕਿ ਪਿਛਲੇ ਸਾਲ ਉਸਨੇ IPL ਦੀ ਸ਼ੁਰੂਆਤ ਦਿੱਲੀ ਵੱਲੋਂ ਖੇਡਦਿਆਂ ਕੀਤੀ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਅਭਿਸ਼ੇਕ ਨੂੰ ਉਸਦੀ ਪੁਰਾਣੀ ਕੀਮਤ 55 ਲੱਖ ਤੇ ਖਰੀਦਿਆ ਹੈ। ਅਭਿਸ਼ੇਕ ਦੀ ਇਸ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਉਸਦੇ ਪਿਤਾ ਨੇ ਕਿਹਾ, ਸਭ ਤੋਂ ਪਹਿਲਾਂ ਅੰਡਰ-14 ਖੇਲਿਆ, ਅੰਡਰ-14 ਪਹਿਲਾਂ ਡਿਸਟ੍ਰਿਕਟ ਦਾ ਕਪਤਾਨ ਬਣਿਆ, ਉੱਥੇ ਵੀ ਇਹਨੇ ਹਾਈਐਸਟ ਰਨ ਕੀਤੇ ਔਰ ਹਾਈਐਸਟ ਵਿਕਟਾਂ ਕੱਢੀਆਂ। ਫਿਰ ਇਹ ਸਟੇਟ ਦਾ ਕਪਤਾਨ ਬਣਿਆ ਔਰ ਸਟੇਟ 'ਚ ਵੀ ਹਾਈਐਸਟ ਰਨ ਕੀਤੇ ਇਹਨੇ ਔਰ ਵਿਕਟਾਂ ਵੀ ਕੱਢੀਆਂ ਔਰ ਬੈਸਟ ਪਲੇਅਰ ਆਫ ਦਾ ਅਵਾਰਡ ਮਿਲਿਆ ਪੰਜਾਬ ਵੱਲੋਂ। ਫਿਰ ਇਹ ਨੌਰਜ਼ੋਨ ਟੀਮ 'ਚ ਆ ਗਿਆ, ਨੌਰਜ਼ੋਨ ਟੀਮ ਦਾ ਵੀ ਕੈਪਟਨ ਬਣਿਆ ਅਤੇ ਉੱਥੇ ਵੀ ਇਹਨਾਂ ਨੇ ਨੌਰਜ਼ੋਨ ਵਿਨ ਕੀਤੀ। ਅਤੇ ਜਦੋਂ ਇਹ ਅੰਡਰ-14 ਅੱਛੀ ਪਰਫੋਰਮੈਂਸ ਦਿੱਤੀ ਅਤੇ ਸਾਰੇ ਪੰਜਾਬ 'ਚ ਸਾਰੇ ਇਹਨੂੰ ਪਸੰਦ ਕਰਨ ਲੱਗ ਪਏ ਵੀ ਅਭਿਸ਼ੇਕ ਸ਼ਰਮਾ ਇੱਕ ਪਲੇਅਰ ਆ ਰਿਹਾ, ਇਹ ਲੜਕਾ ਇਹ 'ਚ ਬਹੁਤ ਟੈਲੈਂਟ ਹੈਗਾ। ਅਤੇ ਉਦੋਂ ਹੋਰ ਪੰਜਾਬ ਨੇ ਵੀ ਪੂਰਾ ਸੰਯੋਗ ਦੇ ਨਾਲ ਇਹਨੂੰ ਆਪਣੇ ਕੋਲ ਰੱਖਿਆ ਕੈਂਪਾਂ 'ਚ ਔਰ ਇਹਨੂੰ ਖੂਬ ਪ੍ਰੈਕਟਿਸ ਕਰਵਾਈ ਔਰ ਇਹਦੇ ਵਿੱਚ ਪੰਜਾਬ ਦਾ ਵੀ ਬਹੁਤ ਯੋਗਦਾਨ ਹੈ ਕ੍ਰਿਕਟ ਐਸੋਸੀਏਸ਼ਨ ਦਾ ਔਰ ਜਿੰਨੇ ਵੀ ਕੋਚ ਹੈਗੇ ਨੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਇਹਨੂੰ ਬੜਾ ਹੀ ਆਸ਼ੀਰਵਾਦ ਦਿੱਤਾ ਔਰ ਇਹਨੂੰ ਪਿਆਰ ਵੀ ਕੀਤਾ। ਫਿਰ ਉਸ ਤੋਂ ਬਾਅਦ ਅੰਡਰ-16 ਟੀਮ 'ਚ ਆਇਆ, ਫਿਰ ਇਸ ਤਰ੍ਹਾਂ ਹੀ ਸਟੈਪ ਬਾਏ ਸਟੈਪ ਇਹ ਅੰਮ੍ਰਿਤਸਰ ਵੱਲੋਂ ਖੇਲਿਆ, ਉਦੋਂ ਵੀ ਕੈਪਟਨ ਬਣਿਆ, ਫਿਰ ਪੰਜਾਬ ਦਾ ਕੈਪਟਨ ਬਣਿਆ, ਫਿਰ ਆਲ ਇੰਡੀਆ ਅੰਡਰ-16 ਹੋਈ, ਸਾਰੇ ਇੰਡੀਆ 'ਚ ਹਿੰਦੁਸਤਾਨ 'ਚ ਪੰਜਾਬ ਨੂੰ ਜਿੱਤ ਆ ਕੇ ਲੈ ਕੇ ਆਏ ਔਰ ਇਹਨਾਂ ਦਾ ਬੈਚ ਬੜਾ ਅੱਛਾ ਸੀ ਔਰ ਪੰਜਾਬ ਦੇ ਬੜੇ ਅੱਛੇ ਪਲੇਅਰ ਸੀ। ਇਹਦੇ ਨਾਲ ਅਭਿਸ਼ੇਕ ਸ਼ਰਮਾ ਦੇ ਨਾਲ ਸ਼ੁਭਮਨ ਗਿੱਲ ਸੀ ਔਰ ਪਰਸਿਮਰਨ ਸੀ ਜਿਹੜਾ ਅੱਜ ਉਹਦੀ IPL 'ਚ ਵੀ ਬੜੀ ਅੱਛੀ ਬੋਲੀ ਹੋਈ ਹੈ ਔਰ ਇਹ ਸਾਰਾ ਬੈਚ ਬੜਾ ਵਧੀਆ ਸੀ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਅੰਡਰ-16 ਚੈਂਪੀਅਨ ਆਏ ਔਰ ਇਹਨੇ ਹਾਈਐਸਟ ਰਨ ਇੰਡੀਆ ਦੇ ਕੀਤੇ ਉਸ ਸਾਲ ਔਰ ਬੈਸਟ ਪਲੇਅਰ ਆਫ ਦਾ ਅਵਾਰਡ BCCI ਨੇ ਦਿੱਤਾ ਇਹਨੂੰ ਔਰ ਜੋ ਅਵਾਰਡ ਮਿਲਿਆ ਔਰ ਬੜੀ ਖੁਸ਼ੀ ਹੋਈ ਵੀ ਮੇਰੇ ਬੇਟੇ ਨੇ ਅੱਛੀ ਪਰਫੋਰਮੈਂਸ ਦਿੱਤੀ ਔਰ ਹਿੰਦੁਸਤਾਨ 'ਚ ਨਾਂ ਉੱਚਾ ਕੀਤਾ। ਫਿਰ ਉਸ ਤੋਂ ਬਾਅਦ ਇਹਨੂੰ ਉੱਥੋਂ ਹੀ ਸਿੱਧਾ ਹੀ ਅੰਡਰ-19 ਟੀਮ 'ਚ ਨੌਰਜ਼ੋਨ ਦੀ ਟੀਮ 'ਚ ਲਿੱਤਾ ਗਿਆ ਔਰ ਨੌਰਜ਼ੋਨ ਦੀ ਜਦੋਂ ਅੰਡਰ-19 'ਚ ਆਇਆ, ਅੰਡਰ-19 ਆ ਕੇ ਇਹਨੇ ਉੱਥੇ ਨੌਰਜ਼ੋਨ ਦੀ ਇਹਨੂੰ ਇਹਦਾ ਕੈਪਟਨ ਬਣਾਇਆ ਗਿਆ ਅਤੇ ਇਹਨੇ ਉੱਥੇ ਵੀ ਆਪਣੀ ਬੈਟਿੰਗ ਅੱਛੀ ਕੀਤੀ, ਹਰ ਮੈਚ 'ਚ ਸਕੋਰ ਕੀਤੀ ਔਰ ਫਿਰ ਵਿਕਟਾਂ ਕੱਢੀਆਂ, ਫਿਰ ਨੌਰਜ਼ੋਨ ਵਿਨ ਹੋਏ। ਵੱਡੇ ਮੁਕਾਬਲੇ ਨੇ ਕਿਹੜੇ ਕਿਹੜੇ ਖੇਡੇ ਹੁੰਦੇ? ਉਸ ਤੋਂ ਬਾਅਦ ਸਿਰਫ ਚੈਲੇਂਜਰ ਟਰੋਫੀ ਬਣੀ ਅੰਡਰ-19 ਤੋਂ ਬਾਅਦ। ਚੈਲੇਂਜਰ ਟਰੋਫੀ ਇੰਡੀਆ ਰੈੱਡ, ਇੰਡੀਆ ਗ੍ਰੀਨ, ਇੰਡੀਆ ਯੈਲੋ, ਇੱਦਾਂ ਟੀਮ ਬਣੀ, ਉਹਦਾ ਇਹਨੂੰ ਇੰਡੀਆ ਰੈੱਡ ਦਾ ਕਪਤਾਨ ਬਣਾਇਆ ਔਰ ਉਹ ਜਦੋਂ ਇੰਡੀਆ ਰੈੱਡ ਦਾ ਕਪਤਾਨ ਬਣਾਇਆ ਤਾਂ ਇਹਨੇ ਇੰਡੀਆ ਰੈੱਡ ਵੀ ਹੀ ਟੀਮ ਚੈਂਪੀਅਨ ਆਈ ਔਰ ਚੈਂਪੀਅਨ ਆਈ ਇਹਨੂੰ ਉੱਥੇ ਵੀ ਬੈਸਟ ਪਲੇਅਰ ਆਫ ਦਾ ਅਵਾਰਡ ਦਿੱਤਾ ਗਿਆ। ਫਿਰ ਏਸ਼ੀਆ ਕੱਪ ਵਾਸਤੇ ਇਹਨੂੰ ਇੰਡੀਆ ਕੈਂਪ 'ਚ ਲੈ ਲਿਆ ਅੰਡਰ-19, ਜਿੱਥੇ ਬੰਗਲੌਰ ਨੈਸ਼ਨਲ ਕ੍ਰਿਕਟ ਅਕੈਡਮੀ ਹੈ, ਉੱਥੇ ਰਾਹੁਲ ਡਰਾਵਿਡ ਸਰ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੇ ਇਹਨੂੰ ਦੇਖਿਆ ਔਰ ਬੜਾ ਪਿਆਰ ਕੀਤਾ ਔਰ ਬੜੀ ਇਹਨੂੰ ਜਿੰਨੇ ਵੀ ਕੋਚਿਸ ਹਿੰਦੁਸਤਾਨ ਦੇ ਹੈਗੇ ਸੀ ਉਹਨਾਂ ਸਾਰਿਆਂ ਨੇ ਇਹਦਾ ਟੈਲੈਂਟ ਦੇਖ ਕੇ ਇਹਨੂੰ ਇੰਡੀਆ ਦਾ ਕੈਪਟਨ ਬਣਾਇਆ ਔਰ ਏਸ਼ੀਆ ਕੱਪ ਖੇਲਣ ਸ਼੍ਰੀਲੰਕਾ ਗਏ ਔਰ ਉੱਥੋਂ ਏਸ਼ੀਆ ਕੱਪ 'ਚ ਚੈਂਪੀਅਨ ਆਏ ਔਰ ਇਹ ਇੰਡੀਆ ਦਾ ਕੈਪਟਨ ਸੀ, ਲੀਡ ਕਰ ਰਿਹਾ ਸੀ ਔਰ ਇੱਥੇ ਅੰਮ੍ਰਿਤਸਰ ਸਾਨੂੰ ਕਹਿ ਕੇ ਗਿਆ ਸੀ ਵੀ ਪਾਪਾ ਮੈਂ ਸਾਰੇ ਇਹ ਟੂਰਨਾਮੈਂਟ, ਅਸੀਂ ਟੀਮ ਬੜੀ ਅੱਛੀ ਹੈ, ਅਸੀਂ ਚੈਂਪੀਅਨ ਹੋ ਕੇ ਆਵਾਂਗੇ ਔਰ ਇਹ ਚੈਂਪੀਅਨ ਹੋ ਕੇ ਆਏ। ਫਿਰ ਏਸ਼ੀਆ ਕੱਪ ਤੋਂ ਬਾਅਦ ਇਹ ਫਿਰ ਇਹਨੂੰ ਫਿਰ ਇੰਡੀਆ ਕੈਂਪ 'ਚ ਬੁਲਾ ਲਿਆ ਔਰ ਉੱਥੇ ਬੜੀ ਪ੍ਰੈਕਟਿਸ ਇਹਨਾਂ ਨੂੰ ਕਰਾਈ, ਮੈਚਿਸ ਕਰਾਏ, ਫਿਰ ਇਹਨੂੰ ਬੁਲਾ ਲਿਆ ਰਣਜੀ ਟਰੋਫੀ ਵਿਜੇ ਹਜ਼ਾਰੇ ਟਰੋਫੀ 'ਚ, ਫਿਰ ਇਹਨੇ ਉੱਥੇ ਵੀ ਅੱਛੀ ਪਰਫੋਰਮੈਂਸ ਦਿੱਤੀ ਰਣਜੀ ਟਰੋਫੀ 'ਚ ਵੀ, ਫਿਰ ਵਰਲਡ ਕੱਪ ਵਾਸਤੇ ਟੀਮ ਤਿਆਰ ਹੋ ਗਈ ਇੰਡੀਆ ਦੀ ਔਰ ਉਹ ਇੰਡੀਆ ਇਹ ਨਿਊਜ਼ੀਲੈਂਡ ਇੰਡੀਆ ਵਰਲਡ ਕੱਪ ਖੇਲਣ ਗਏ ਔਰ ਵਰਲਡ ਕੱਪ ਵਿੱਚ ਚੈਂਪੀਅਨ ਆਏ ਔਰ ਵਰਲਡ ਕੱਪ ਨਿਊਜ਼ੀਲੈਂਡ 'ਚ ਹੋਇਆ ਸੀ ਵਰਲਡ ਕੱਪ, ਅੰਡਰ-19 ਵਰਲਡ ਕੱਪ ਸੀ ਔਰ ਇਹ ਚੈਂਪੀਅਨ ਆਏ ਔਰ ਬੜੀ ਅੱਛੀ ਟੀਮ ਸੀ, ਇਹਨਾਂ ਨੇ ਵਨ ਸਾਈਡਡ ਹੀ ਮੈਚ ਹਰ ਕੰਟਰੀ ਨੂੰ ਹਰਾ ਕੇ ਇਹਨਾਂ ਨੇ ਚੈਂਪੀਅਨ ਬਣੇ। IPL ਦਿੱਲੀ ਡੇਅਰਡੇਵਿਲ ਵੱਲੋਂ ਸਿਲੈਕਟ ਹੋਇਆ ਸੀ ਔਰ ਉਹਨਾਂ ਨੇ ਇਹਨੂੰ ਆਪਣੇ ਵੱਲੋਂ ਖਿਲਾਇਆ ਔਰ ਇਸ ਵਾਰ
ਇਹਦੀ ਨਵੀਂ ਜਿਹੜੀ ਹੈ ਟ੍ਰਾਂਸਫਰ ਹੋਇਆ ਸ਼ੇਖਰ ਧਵਨ ਜੀ ਦੇ ਨਾਲ ਸਨਰਾਈਜ਼ ਹੈਦਰਾਬਾਦ ਟੀਮ 'ਚ ਗਿਆ ਔਰ ਹੁਣ ਦਿੱਲੀ ਡੇਅਰਡੇਵਿਲ ਵੱਲੋਂ ਨਹੀਂ ਹੈ, ਹੁਣ ਹੈਦਰਾਬਾਦ ਟੀਮ ਨੇ ਇਹਨੂੰ ਲੈ ਲਿਆ। ਇਸ ਸਾਲ ਹੈਦਰਾਬਾਦ ਟੀਮ ਵੱਲੋਂ IPL ਖੇਲੇਗਾ। ਅੰਮ੍ਰਿਤਸਰ ਤੋਂ ਅਜੀਤ ਵੈੱਬ TV ਲਈ ਜਤਿੰਦਰ ਸਿੰਘ ਦੀ ਰਿਪੋਰਟ।